ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸੋਨੋਜੀ ਕੋਲੂ ਸਿੰਘ ਦੇ ਨਾਲ ਤੁਹਾਡਾ ਆਪਣਾ ਚੈਨਲ ਹੀ ਤਾਂ ਪੰਜਾਬੀ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਜੀ ਕਿਉਂਕਿ ਇਸ ਚੈਨਲ ਉੱਤੇ ਮਿਲਦੀ ਹੈ ਨੇ ਤੁਹਾਨੂੰ ਹਰ ਰੋਜ਼ ਨਵੀਆਂ ਤਾਜ਼ੀਆਂ ਖ਼ਬਰਾਂ ਤੇ ਕਈ ਵਾਰ ਤੁਹਾਨੂੰ ਅਲਰਟ ਕੀਤਾ ਜਾਂਦਾ ਕੁਝ ਐਦਾਂ ਦੇ ਹਾਲਾਤ ਨਾ ਪੈਦਾ ਹੋਣ ਜਿਨ੍ਹਾਂ ਦੇ ਕਾਰਨ ਤੁਹਾਨੂੰ ਹੋ ਜਾਣ ਜੁਰਮਾਨੇ ਜਿੱਦਾਂ ਕਿ ਹੁਣ ਹੀ ਹਾਲੇ ਦੇ ਵਿੱਚ ਅੱਜ ਸੈਨ ਹੋ ਗਏ ਨੇ ਲੂੰਬਰਦੀਆ ਦੇ ਵਿੱਚ 4000 ਰੋਟੇ ਤੱਕ ਜੁਰਮਾਨਾ ਹੋ ਸਕਦਾ ਫਿਰ ਨਾ ਕਿ ਤੁਸੀਂ ਦੱਸਿਆ ਨਹੀਂ ਕਿਉਂ ਹੋ ਸਕਦਾ ਬਾਅਦ ਕਿ ਦੱਸਾਂ ਪੂਰੀ ਇਟਲੀ ਦੇ ਵਿੱਚ ਕਿੱਥੇ ਕਿੱਥੇ ਉਗਈਏ ਸਿਚੁਏਸ਼ਨ ਜਰਮਾਨਿਆਂ ਵਾਲੀ ਉਹਦੇ ਬਾਰੇ ਅੱਜ ਇਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਟਰੱਕ ਡਰਾਈਵਰੀ ਦੀ ਜਿਹੜੀ ਵੀਡੀਓ ਉਹਨੂੰ ਫਿਲਹਾਲ ਦੇ ਲਈ ਅਸੀਂ ਰੋਕ ਦਿੱਤਾ ਗਿਆ ਐਪੀਸੋਡ 6 ਹੁਣ ਕੱਲ ਨੂੰ ਆਊਗਾ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅਸੀਂ ਲੂੰਬਰ ਦੀਏ ਦੀ ਜਿੱਥੇ ਅਸੀਂ ਰਹਿੰਦੇ ਹਾਂ ਲੂੰਬਰ ਦੀਏ ਲੂੰਬਰ ਦੀਏ ਦੀ ਜਿੰਨੀਆਂ ਵੀ ਸਟੇਟਾਂ ਬ੍ਰਿਸ਼ਿਆ ਕਰਮੋਨਾਂ ਮੰਨਤਵਾ ਜਿਹੜੀ ਜਿਹੜੀ ਵੀ ਇੱਥੇ ਪ੍ਰੋਵਿੰਸ ਜੇ ਪੈ ਰਹੇ ਨੇ ਜੀ ਉਹਨਾਂ ਦੇ ਵਿੱਚ ਲਾਗੂ ਹੋ ਗਿਆ ਨਵਾਂ ਕਾਨੂੰਨ ਜੋ ਕਿ ਅਟਲੀਆ ਫੋਨਟਾਨਾ ਨੇ ਅੱਜ ਸਾਈਨ ਕਰ ਦਿੱਤੇ ਸਾਈਨ ਅਸਲ ਚ ਕੱਲ ਰਾਤ ਨੂੰ ਹੀ ਹੋ ਜਾਣੇ ਸੀ ਮੱਤੇ ਉਸਲਵਿਨੀ ਮੱਤੇ ਉਸਲਵਿਨੀ ਨੂੰ ਹਰ ਕੋਈ ਜਾਣਦਾ ਜੀ ਉਹੀ ਹੈ ਜਿਨ੍ਹਾਂ ਨੇ 4 ਸਾਲ ਇਟਾਲੀਅਨ ਪਾਸਪੋਰਟ ਨੂੰ ਮਿਲਣੇ ਚਾਹੀਦੇ ਆ ਉਹਨਾਂ ਨੇ ਕਾਨੂੰਨ ਕੀਤਾ ਸੀ ਉਹੀ ਨੇ ਮੱਤੇ ਉਸਲਵਿਨੀ ਉਹਨਾਂ ਨੇ ਕਿਹਾ ਜੀ ਇਸ ਕਾਨੂੰਨ ਨੂੰ ਪਾਸ ਕਰਨ ਤੋਂ ਪਹਿਲਾਂ ਸਾਨੂੰ ਦਿਖਾਓ ਸ਼ੋਅ ਕਰੋ ਕਿਉਂ ਤੁਸੀਂ ਇੱਕ ਵਾਰ ਫਿਰ ਲਾਕਡਾਊਨ ਦੀ ਸਥਿਤੀ ਹੈ ਕਰਫੂ ਦੀਆਂ ਸਟੱਡੀਆਂ ਦੁਆਰਾ ਕਰਨ ਜਾ ਰਹੇ ਹੋ ਕਿਉਂ ਜੁਰਮਾਨੇ ਫਿਰ ਤੁਸੀਂ ਕਰ ਰਹੇ ਹੋ ਅੱਜ ਫਿਰ ਸਹਿਨ ਕਰ ਹੀ ਦਿੱਤੇ ਗਏ ਕਿਉਂਕਿ ਮਿਨਿਸਟਰ ਉਸਪੇਰਾਂਸਾ ਜੀ ਜੈਡੋਵੈਰੋ ਉਸਪੇਰਾਂਸਾ ਜੀ ਉਹਨਾਂ ਨੇ ਉਹਨਾਂ ਦੇ ਵੀ ਸਾਈਨ ਚਾਹੀਦੇ ਸੀ ਇਸ ਕਾਨੂੰਨ ਦੇ ਉੱਤੇ ਜੋ ਕਿ ਹੈਲਥ ਮਿਨਿਸਟਰ ਨੇ ਉਹਨਾਂ ਨੇ ਫਿਰ ਅੱਜ ਸਾਰਿਆਂ ਨਾਲ ਗੱਲਬਾਤ ਕਰਕੇ ਸਾਈਨ ਕਰ ਦਿੱਤੇ ਨੇ ਜੀ ਹੁਣ ਜੋ ਇਹ ਕਾਨੂੰਨ ਪਾਸ ਹੋਇਆ ਜੀ ਕੀ ਹੈ ਜੀ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕੱਲ ਵੀਰਵਾਰ ਤੋਂ ਸਟਾਰਟ ਹੋ ਜਾਣਾ ਜੀ ਵੀਰਵਾਰ 22 ਅਕਤੂਬਰ ਰਾਤ ਦੇ 11 ਵਜੇ ਤੋਂ ਸਵੇਰ ਦੇ 5 ਵਜੇ ਤੱਕ ਲੱਗਿਆ ਕਰੇਗਾ ਜੀ ਲੋ ਆਪਣਾ ਕਰਫਿਊ ਦੀ ਸਿਚੁਏਸ਼ਨ ਲੱਗਿਆ ਕਰੂਗੀ ਕੋਈ ਵੀ ਬੰਦਾ ਲੋਹmber ਦੀਏ ਦੇ ਵਿੱਚ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦਾ ਜੀ ਘਰਾਂ ਤੋਂ ਬਾਹਰ ਜੇ ਜਾਣਾ ਤਾਂ ਫਿਰ ਉਹਨਾਂ ਨੂੰ ਆਟੋ ਸਰਟੀਫਿਕੇਸ਼ਨ ਲ ਡੈਂਡੀ ਲੋੜ ਆਟੋ ਸਰਟੀਫਿਕੇਟ ਸੇ ਉਹਨੇ ਕੀ ਹੈ ਜਾਂ ਆਟੋ ਸਰਟੀਫਿਕੇਸ਼ਨ ਉਹ ਫਾਰਮ ਉਹ ਮਾਡਲ ਆ ਜਿਹਦੇ ਉੱਤੇ ਤੁਸੀਂ ਆਪ ਡਿਕਲੇਅਰ ਕਰਨਾ ਜੀ ਕਿ ਤੁਸੀਂ ਆਪਣੇ ਜਿਹੜਾ ਘਰੋਂ ਕਿਸੇ ਬਾਹਰਲੇ ਪਾਸੇ ਜਾ ਰਹੇ ਹੋ ਤੇ ਕਿਹੜੀ ਵਜ੍ਹਾ ਜਿਸ ਕਰਕੇ ਜਾ ਰਹੇ ਹੋ ਤੁਹਾਡੇ ਬਕਾਇਦਾ ਉੱਤੇ ਸਾਈਨ ਹੋਣਗੇ ਉਸ ਆਟੋ ਸਰਟੀਫਿਕੇਟ ਆਟੋ ਸਰਟੀਫਿਕੇਟ ਸੇ ਨੋਤੇ ਇੱਕ ਫਾਰਮ ਹੁੰਦਾ ਜੀ ਤੁਸੀਂ ਆਪ ਡਿਕਲੇਅਰ ਕਰਦੇ ਹੋ ਤੇ ਰਾਤ ਨੂੰ 11 ਵਜੇ ਤੋਂ ਬਾਅਦ ਸਵੇਰ ਦੇ 5 ਵਜੇ ਤੱਕ ਆਪਣੇ ਤੁਸੀਂ ਘਰਾਂ ਨੂੰ ਵਾਪਸ ਪਰਤ ਸਕਦੇ ਹੋ ਜਿੱਥੇ ਤੁਹਾਡਾ ਰੈ residense ਹੈ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਤੁਸੀਂ ਵਾਪਸ ਆ ਸਕਦੇ ਹੋ ਤੇ ਜੇਦੋ ਇੱਕ ਕੰਮ ਤੁਹਾਡੀਆਂ ਰਾਤ ਦੀਆਂ ਤੂਰਨਾਂ ਚੱਲਦੀਆਂ ਫਿਰ ਕੋਈ ਪ੍ਰੋਬਲਮ ਨਹੀਂ ਦੀ ਕੰਮ ਤੇ ਵੀ ਜਾ ਸਕਦੇ ਐਮਰਜੈਂਸੀ ਸਾਨੂੰ ਹਸਪੀਟਲ ਜਾਣਾ ਪੈਂਦਾ ਸੀਤ ਲਈ ਕੋਈ ਐਮਰਜੈਂਸੀ ਆndi ਆ ਤਾਂ ਫਿਰ ਵੀ ਤੁਸੀਂ ਆਪਣਾ ਘਰਾਂ ਤੋਂ ਬਾਹਰ ਨਿਕਲ ਸਕਦੇ ਆ ਰਾਤ ਨੂੰ ਬਿਨਾ ਕਿਸੇ ਵਜ੍ਹਾ ਤੋਂ ਨੱਚਣ ਟੱਪਣ ਘੁੰਮਣ ਫਿਰਨ ਦੇ ਲਈ ਸ਼ਹਿਰ ਸਪਾਟੇ ਕਰਨ ਦੇ ਲਈ ਨੇਕੋ ਮਸਾਦਤ ਹੋਣੀ ਕੱਲ ਰਾਤ 11 ਵਜੇ ਤੋਂ ਲੈ ਕੇ ਸਵੇਰ ਦੇ ਫਿਰ 5 ਵਜੇ ਤੱਕ ਪਰ ਕਈਆਂ ਨੂੰ ਕੀ ਹੁੰਦਾ ਜੀ ਲੋਡ ਹੁੰਦੀ ਹੈ ਜਾਣ ਦੀ ਕਈਆਂ ਨੂੰ ਕੀ ਹੁੰਦਾ ਮੋਰੇ ਸ਼ੋਅ ਕਰਨਾ ਹੁੰਦਾ ਕਿ ਮੈਂ ਘੁੰਮੂਗਾ ਮੈਂ ਘੁੰਮ ਕੇ ਆਇਆ ਸੀ ਬਹੁਤ ਵਾਰ ਲਾਕਡਾਊਨ ਦੇ ਵਿੱਚ ਵੀ ਇਦਾਂ ਦੀ ਸਿਚੁਏਸ਼ਨਾਂ ਹੋਈਆਂ ਇਦਾਂ ਦੇ ਜਿਹੜੇ ਬੰਦੇ ਨੇ ਜਿਹੜੇ ਬਿਨਾਂ ਵਜ੍ਹਾ ਤੋਂ ਬਾਹਰ ਘੁੰਮਣਗੇ ਬਿਨਾਂ ਠੋਸ ਵਜ੍ਹਾ ਤੋਂ ਉਹਨਾਂ ਨੂੰ 300 ਯਰੋ ਤੋਂ ਲੈ ਕੇ 4000 ਯਰੋ ਤੱਕ ਹੋਏਗਾ ਜੁਰਮਾਨਾ ਹਾਂ ਜੀ ਇਹ ਜਿਹੜੇ ਜੁਰਮਾਨੇ ਆ ਲੂੰਬਰਦੀਆ ਦੇ ਵਿੱਚ ਕੀਤੇ ਜਾਣਗੇ ਜਿਹੜਾ ਬੰਦਾ ਬਿਨਾਂ ਵਜ੍ਹਾ ਤੋਂ ਬਾਹਰ ਘੁੰਮਦਾ ਫੜਿਆ ਗਿਆ ਉਹਨਾਂ ਦੇ ਅੜਿੱਕੇ ਆ ਗਏ ਤੇ ਉਹਨਾਂ ਨੇ ਫਿਰ ਚੰਗੀ ਤਰ੍ਹਾਂ ਉਹਦੀ ਛਿੱਲ ਲਾਣੀ ਆ ਜੀ 300 ਐਰੋ ਨਹੀਂ 400 ਐਰੋ ਤੋਂ ਲੈ ਕੇ 4000 ਐਰੋ ਤੱਕ 3000 ਐਰੋ ਤੱਕ ਦਾ ਜੁਰਮਾਨਾ ਕੀਤਾ ਜਾਏਗਾ ਜੀ ਸਰਕਾਰ ਵੱਲੋਂ ਤੁਹਾਨੂੰ ਦਿੱਤੇ ਜਾਏਗਾ ਆਹ ਲਓ ਜੀ ਤੁਹਾਡਾ ਇਹ ਉਹ ਇਨਾਮ ਆ ਜਿਹੜਾ ਤੁਸੀਂ ਅੱਧੀ ਰਾਤ ਨੂੰ 11 ਵਜੇ ਤੋਂ ਬਾਅਦ ਬਿਨਾਂ ਕਿਸੇ ਵਜ੍ਹਾ ਤੋਂ ਨਿਕਲੇ ਹੋ ਜੀ ਕਿੰਨਾ ਟਾਈਮ ਇਹ ਵੈਲਿਡ ਰਹੇਗਾ ਕਾਨੂੰਨ 21 ਅਕਤੂਬਰ ਤੋਂ ਲੈ ਕੇ 13 ਨਵੰਬਰ 2020 ਤੱਕ ਇਹ ਚੀਜ਼ ਲਾਗੂ ਰਹਿਣੀ ਹੈ ਜੀ ਉਸ ਤੋਂ ਬਾਅਦ ਜੇਕਰ ਕੋਈ ਵੀ ਹੋਰ ਹੋਰ ਅਪਡੇਟ ਆਂਦਾ ਸਿਚੁਏਸ਼ਨ ਖਰਾਬ ਹੁੰਦੀ ਹੈ ਹਾਲ ਖਰਾਬ ਹੁੰਦਾ ਹੈ ਸਿਚੁਏਸ਼ਨ ਠੀਕ ਹੋ ਜਾਂਦੀ ਹੈ ਤਾਂ ਫਿਰ ਇਸ ਕਾਨੂੰਨ ਨੂੰ ਚੇਂਜ ਵੀ ਕੀਤਾ ਜਾ ਸਕਦਾ ਫਿਰ ਫਿਲਹਾਲ 21 ਅਕਤੂਬਰ 2020 ਤੋਂ ਲੈ ਕੇ 13 ਨਵੰਬਰ 2020 ਤੱਕ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਬਿਨਾ ਵਜੇ ਤੋਂ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਥੋੜੀ ਜਿਹੀ ਨਿਗਾ ਸੀ ਬਾਕੀ ਜਿਹੜੀਆਂ ਸਟੇਟਾਂ ਇਟਲੀ ਦੀ ਉਹਨਾਂ ਉੱਤੇ ਵੀ ਮਾਰ ਲੈਂਦੇ ਆ ਜੀ ਨਜ਼ਰ ਮਾਰ ਦਿੰਦੇ ਆ ਤੁਹਾਨੂੰ ਸਾਰੀ ਇਟਲੀ ਬਾਰੇ ਦੱਸ ਦਿੰਦੇ ਆ ਕਿੱਥੇ ਕਿੱਥੇ ਕੀ ਹਿਸਾਬ-ਤਾਬ ਹੋ ਗਿਆ ਰਾਤ ਦੀਆਂ ਗੇੜੀਆਂ ਜਿਹੜੀਆਂ ਗੱਲ ਰਿਸਕ ਦੀਆਂ ਨੇ ਉਹ ਹੁਣ ਬਹੁਤ ਹੀ ਜ਼ਿਆਦਾ ਰਿਸਕ ਦੀਆਂ ਹੋ ਜਾਣੀਆਂ ਵਿਨਚੈਂਸੋ ਦੇ ਲੋਕਾਂ ਮੇਰੇ ਸਾਹਮਣੇ ਹੁਣ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਨਾ ਵਿਨਚੈਂਸੋ ਦੇ ਲੋਕਾਂ ਕਿਸ ਖੇਤ ਦੇ ਮੁੱਲੀ ਆ ਤੇ ਕੀ ਹਿਸਾਬ-ਤਾਬਾ ਕਿੰਨੀ ਕੋ ਝਕੜਤਣਾ ਉਹਨਾਂ ਵਾਂ ਕਾਨੂੰਨ ਉਹਨੇ ਲਾਗੂ ਕਰ ਦਿੱਤਾ ਜੀ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਦੁਕਾਨਾਂ ਜਿਹੜੀਆਂ ਬੰਦ ਰਹਿ ਨਿਗੋਦੀ ਲੋਕਾਲੀ ਪਬਲੀਕ ਜਿੱਦਾਂ ਦੀ ਵੀ ਕੋਈ ਅਤਿਵਿਤਾ ਨੋਨ ਈਸੈਂਸ਼ੀਅਲ ਜਿਹਦੀ ਲੋੜ ਨਹੀਂ ਹੈਗੀ ਕਹਿੰਦਾ ਮਤਲਬ ਫਾਰਮਸੀਆਂ ਤੋਂ ਇਲਾਵਾ ਖਾਣ ਪੀਣ ਦੀ ਚੀਜ਼ ਤੋਂ ਇਲਾਵਾ ਜਿਹਦੀ ਲੋੜ ਨਹੀਂ ਹੈਗੀ ਉਹ ਰਾਤ ਨੂੰ 11 ਵਜੇ ਤੱਕ ਲੈ ਕੇ ਸਵੇਰ ਦੇ 5 ਵਜੇ ਤੱਕ ਬੰਦ ਰਹਿਣੀਆਂ ਫਿਲਹਾਲ ਜੋ ਇਹ ਆਰਡੀਨੈਂਸ 31 ਅਕਤੂਬਰ ਤੱਕ ਸਕੂਲ ਬੰਦ ਰਹਣੇ ਨੇ ਸਕੂਲਾਂ ਦਾ ਫਿਰ 31 ਅਕਤੂਬਰ ਨੂੰ ਦੇਖਿਆ ਜਾਊਗਾ ਕੀ ਹਾਲਤਾ ਬਣਦਾ ਪੂਰੀ ਸਟੇਟ ਦੇ ਵਿੱਚ ਬੰਦਾ ਇੱਕ ਪ੍ਰੋਵਿੰਸ ਜੀ ਤੋਂ ਦੂਸਰੇ ਪ੍ਰੋਵਿੰਸ ਦੇ ਵਿੱਚ ਮੂਵ ਨਹੀਂ ਕਰ ਸਕਦਾ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਐਗਜ਼ਾਮਪਲ ਦੇ ਲਈ ਜੇਕਰ ਇਹੀ ਗੱਲ ਲੋਮਬਰਦੀਆ ਦੇ ਵਿੱਚ ਸੀ ਤਾਂ ਲੋਮਬਰਦੀਆ ਦੇ ਹਿਸਾਬ ਦੇ ਨਾਲ ਬਰੇਸ਼ੀਆ ਤੋਂ ਕਰਮੂਨਾ ਕਰਮੂਨੇ ਤੋਂ ਜਾਂ ਫਿਰ ਮਾਨ ਤੋਂ ਬਾ ਇਦਾਂ ਤੁਸੀਂ ਮੂਵਮੈਂਟ ਨਹੀਂ ਕਰ ਸਕਦੇ ਇਦਾਂ ਹੀ ਤੁਸੀਂ ਜਿਹੜੇ ਕੰਪਾਨੀਆਂ ਦੀ ਜਿੰਨੇ ਵੀ ਪ੍ਰਵਿੰਚੇ ਆ ਉਹਨਾਂ ਦਾ ਇੱਕ ਪ੍ਰਵਿੰਚੇ ਤੋਂ ਦੂਸਰੇ ਪ੍ਰਵਿੰਚੇ ਦੇ ਵਿੱਚ ਤੁਸੀਂ ਮੂਵ ਨਹੀਂ ਕਰ ਸਕਦੇ ਜੇ ਕੋਈ ਨਾਪਲੀ ਦੇ ਪ੍ਰਵਿੰਚੇ ਦੇ ਵਿੱਚ ਰਹਿੰਦਾ ਸਲੈਰ ਨੂੰ ਕਸਰਤਾ ਵੇਨੇਵੈਂਟੋ ਜਾਂ ਅਵੇਲੀਨੋ ਦੇ ਵਿੱਚ ਨਹੀਂ ਜਾ ਸਕਦਾ ਜਾਫਰ ਅਵੈਲੀਨ ਵਾਲਾ ਬੰਦਾ ਨਾ ਪਲੀਆ ਨਹੀਂ ਜਾ ਸਕਦਾ ਨਾ ਪਲੀ ਵਾਲਾ ਖਸੈਰਤਾ ਵੱਲ ਨਹੀਂ ਜਾ ਸਕਦਾ ਇਸੇ ਸਬੱਤ ਨਾਲ ਮੂਵਮੈਂਟ ਨੂੰ ਹੁਣ ਬੰਦ ਕਰ ਦਿੱਤਾ ਗਿਆ ਜੀ ਕੰਪਨੀਆਂ ਦੇ ਵਿੱਚ ਵਿਨਸੈਂਟੋ ਦੇ ਲੋਕਾ ਜਿਹੜੇ ਵਿਨਚੈਂਸੋ ਦੇ ਲੋਕਾ ਬਾਹਲੇ ਕਬੇ ਸਵਾਲ ਦੇਨੇ ਉਹ ਕਹਿੰਦੇ ਨੇ ਜੀ ਮੈਂ ਮੈਨੂੰ ਬੰਦਿਆਂ ਦੀਆਂ ਲਾਸ਼ਾਂ ਦੇਖਣ ਨਾਲੋਂ ਬੰਦੇ ਘਰਾਂ 'ਚ ਮਰ ਜਾਏ ਦੇਖਣੇ ਜ਼ਿਆਦਾ ਸੇਫ ਲੱਗਦੇ ਨੇ 31 ਅਕਤੂਬਰ ਤੱਕ ਸਕੂਲ ਬੰਦ ਰਹਿਣਗੇ ਉਸ ਤੋਂ ਬਾਅਦ ਦੱਸਿਆ ਕਿ ਦੇਖਾਂਗੇ ਜੀ ਕੀ ਹਿਸਾਬਤਾਵਾ ਖੋਲ ਲਾਂਗੇ ਇਸ ਟਾਈਮ ਉਹਨਾਂ ਨੇ ਬੰਦਿਆਂ ਨੂੰ ਠੰਡਾ ਕਰਤਾ ਜਿਹੜੇ ਕਹਿ ਰਹੇ ਨੇ ਜੀ ਖੋਲ ਦੋ ਖੋਲ ਦੋ ਕਹਿੰਦੇ ਹੰਡਰਕੂ ਤੀਇਕ ਤੋਂ ਬੰਨ ਸਿਚੁਏਸ਼ਨ ਦੇਖਾਂਗੇ ਕੀ ਹਸਤਾਵਾ ਪੀਮੋਂਤੇ ਪੀਮੋਂਤੇ ਉੱਥੇ ਦੇ ਜਿਹੜੇ ਗਵਰਨਰ ਨੇ ਜਿਨ੍ਹਾਂ ਦਾ ਨਾਮ ਅਲਵੈਰ ਤੋਂ ਚੀਰੋ ਉਹਨਾਂ ਨੇ ਕਰਤਾ ਜੀ ਕਿ 26 ਅਕਤੂਬਰ ਤੋਂ ਲੈ ਕੇ ਜਿਹੜੇ ਹਾਈ ਸਕੂਲ ਦੇ ਵਿੱਚ ਪੜਦੇ ਨੌਵੀਂ ਨੌਵੀਂ ਤੋਂ ਲੈ ਕੇ ਉੱਤੇ ਯੂਨੀਵਰਸਿਟੀਆਂ ਤੱਕ ਪੜ੍ਹਦੇ ਨੇ ਨਾ ਨੌਵੀਂ ਦੇ ਵਿੱਚ ਪੜ੍ਹਦੇ ਆ ਜਾਂ ਫਿਰ ਉਸ ਤੋਂ ਬਾਅਦ ਜਿਹੜੀ ਸੇਕੋਨ ਦਾ ਤੇ ਕੁਇਨਤਾ ਦੇ ਵਿੱਚ ਪੜ੍ਹਦੇ ਆ ਉਹਨਾਂ ਦੇ 50% ਬੰਦੇ ਸਕੂਲ 'ਚ ਬੱਚੇ ਆ ਜਿਹੜੇ ਸਟੂਡੈਂਟ ਸਕੂਲਾਂ 'ਚ ਜਾਣਗੇ 50% ਘਰੋਂ ਜਾਂ ਫਿਰ ਦਿਸਤਾਨਸਾ ਡਿਜੀਟਲਿਆ ਦੀ ਦਾਤਿਕਾ ਡਿਜੀਟਲ ਐ ਦਿਸਤਾਨਸਾ ਕਿਤੇ ਜਾ ਬਗ ਜਿਹਨੂੰ ਡੀ ਆਰ ਡੀ ਐਡ ਕਿਹਾ ਜਾਂਦਾ ਦਿਸਤਾਨਸਾ ਇਹ ਦੀ ਦਾਤਿਕਾ ਦਿਸਤਾਨਸਾ ਕਹਿਣ ਦਾ ਮਤਲਬ ਜੀ 50% ਬੱਚਿਆਂ ਨੇ ਤੂਰ ਨੂੰ ਲੱਗਿਆ ਕਰੂਗੀ ਇੱਕ ਹਫਤਾ ਵੀ ਆ ਫਲਾਨੇ ਵਾਲੇ ਜਵਾਕ ਆ ਜਿਹੜੇ ਉਹ ਸਕੂਲੇ ਜਾਣਗੇ ਦੂਸਰੇ ਤੇ ਦੂਜੇ ਜਾਓਗੇ ਬਾਕੀ ਘਰ ਬੈਠ ਕੇ ਆਰਾਮ ਨਾਲ ਸਕੂਲ ਤੋਂ ਪੜ੍ਹਨਗੇ ਉਹ ਵੀ ਕਹਿ ਰਹੇ ਨੇ ਕਿ ਰਾਤ ਦੇ 12 ਵਜੇ ਤੋਂ ਬਾਅਦ ਦੁਕਾਨਾਂ ਮਾਰਕੀਟਾਂ ਨਹੀਂ ਖੁੱਲ੍ਹਣੀਆਂ ਚਾਹੀਦੀਆਂ ਬਾਰ ਵਗੈਰਾ ਨਹੀਂ ਖੁੱਲ੍ਹਣੀਆਂ ਚਾਹੀਦੀਆਂ ਫਾਰਮੇਸੀ ਐ ਜਿਹੜੀ ਜਾਂ ਖਾਂਬੀਂ ਦੀ ਜੇ ਕੋਈ ਚੀਜ਼ ਆ ਤੇ ਉਹ ਖੁੱਲ ਸਕਦੀ ਹੈ ਲਿਗੂਰੀਆ ਦੀ ਜੇ ਗੱਲ ਕਰੀਏ ਲਿਗੂਰੀਆ ਦੇ ਗਵਰਨਰ ਆ ਜੀ ਜੋਵਾਨੀ ਤੋਤੀ ਉਹ ਵੀ ਕਹਿ ਰਹੇ ਨੇ ਜੀ ਕਿ ਜਿਹੜਾ ਪੜਨ ਦੀ ਸਥਿਤੀ ਆ 50% ਸਟੂਡੈਂਟ ਘਰੋਂ ਪੜਨ 50% ਬੱਚੇ ਉੱਥੇ ਜਾਣ ਇਹ ਵੀ ਕਹਿ ਰਹੇ ਨੇ ਸਕੋਲੇ ਦੀ ਇਸ ਦੇ ਕੋਲ ਹੈ ਸਕੋਲੇ ਸੈਕੰਡਰੀ ਦੇ ਸੈਕੰਡੋ ਗ੍ਰਾਦੇ ਜਿਹੜੇ 9ਵੀਂ ਤੋਂ ਬਾਅਦ ਸਕੂਲ ਸ਼ੁਰੂ ਹੁੰਦੇ ਸੁਪੀਰੀਓਰੀ ਦੇ ਵਿੱਚ ਇਹ ਵੀ ਕਹਿ ਰਹੇ ਨੇ ਅੱਧੇ ਜਵਾਗ ਸਕੂਲ ਪੜਨਦੇ ਜਵਾਗ ਘਰੋਂ ਪੜਨ ਤੇ ਜਿਹੜੀਆਂ ਜੂਆ ਖੇਡਣ ਦੇ ਆ ਆਦੀ ਨਾ ਬੰਦੇ ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੀ ਖੇਡਸਾਦੇ ਨੇ ਜਿਹੜਾ ਪੈਸੇ ਮਸ਼ੀਨਾਂ ਚ ਪਾ ਕੇ ਖੇਡਣ ਵਾਲਾ ਹੁੰਦਾ। ਕਠ ਕਰਨ ਤੇ ਸਖਤ ਸਖਤ ਮਨਾ ਕੀਤਾ ਗਿਆ ਜੀ ਇਹਦਾ ਪੂਰਾ ਇਟਲੀ ਦੇ ਵਿੱਚ ਕੀਤਾ ਗਿਆ ਜੀ। ਆਉ ਤੋਂ ਸਰਟੀਫਿਕੇਸ਼ਨ ਕੀ ਹੈ ਜੇ ਆਉ ਤੋਂ ਸਰਟੀਫਿਕੇਸ਼ਨ ਉਹ ਫਾਰਮ ਜਿਹਦੇ ਵਿੱਚ ਤੁਹਾਡਾ ਨਾਮ ਜਿਨਾਂ ਲਈ ਤਾਂ ਜਿਨਾਂ ਲਈ ਤਾਂ ਗਿਆ ਹੁੰਦਾ ਤੁਹਾਡਾ ਨਾਮ ਤੁਸੀਂ ਕਿੱਥੇ ਰਹਿੰਦੇ ਹੋ ਕਿੱਥੇ ਕੀ ਹਿਸਾਬ ਹੋ। ਮੋਤੀ ਵੀ ਕਿ ਨੇ ਮੋਟਿਵੋ ਕਿ ਨੇਚੇਸੀਤਾ ਲੁਸੀਤਾ ਦਾ ਕਾਜਾ ਕਿਹੜਾ ਕਾਰਨ ਆ ਜਿਸ ਕਰਕੇ ਤੁਸੀਂ ਰਾਤ ਨੂੰ 11 ਵਜੇ ਤੋਂ ਬਾਅਦ ਕਰੋ ਬਾਹਰ ਨਿਕਲੇ ਹੋ ਤੁਹਾਨੂੰ ਲਿਖਣਾ ਪੈਣਾ ਜੀ ਤੇ ਜੇਕਰ ਲਵੋਰੋ ਕੁੰਪਰਵਾਤੇ ਜੀ ਦੇ ਜੇਕਰ ਕੰਮ ਲਈ ਸਿਹਤ ਲਈ ਐਮਰਜੈਂਸੀ ਦੇ ਵਿੱਚ ਦੇ ਲਈ ਨਾ ਹੋਇਆ ਤਾਂ ਜੁਰਮਾਨਾ ਤੁਹਾਨੂੰ ਹੋ ਸਕਦਾ ਜੀ 400 ਰੋਡਾ ਤੁਹਾਡੇ ਹੱਥ ਚ ਉਹਨਾਂ ਨੇ ਫੜਾ ਦੇਣਾ ਲਵ ਲੈਟਰ ਪੇ ਹੁਣ ਬਈ ਤੁਸੀਂ ਆ ਜਿਹੜਾ ਰੁਕਾ ਰਹਾ ਹੋ ਨਾ ਤੁਸੀਂ ਤਾ ਦਿਓ ਕੰਪਾਨੀਆਂ ਦੇ ਵਿੱਚ ਇੱਕ ਗੱਲ ਦਮਾਲ ਦੇ ਵਿੱਚੋਂ ਨਿਕਲ ਗਈ ਸੀ ਜੋ ਕਿ ਤੁਹਾਨੂੰ ਦੱਸਣੀ ਚਾਹਣ ਕੰਪਾਨੀਆਂ ਦੇ ਵਿੱਚ ਇੱਕ ਰੈਡ ਜ਼ੋਨ ਡਿਕਲੇਅਰ ਕੀਤਾ ਗਿਆ ਜੀ ਅਰਜ਼ਾਨੋ ਨਾਪਲੀ ਦਾ ਇਹ ਪੈਂਡਵਾ ਕਮੂਨੇ ਆ ਜੀ ਇਹਨੂੰ ਜ਼ੋਨਰ ਰੁਰਸਾ ਡਿਕਲੇਅਰ ਕਰ ਦਿੱਤਾ ਗਿਆ ਜੀ ਜੋ ਕਿ ਬੰਦਾ ਬਿਨਾਂ ਕਿਸੇ ਗੱਲ ਤੋਂ ਬਿਨਾਂ ਬਾਹਰ ਤੋਂ ਬਾਹਰ ਨਹੀਂ ਜਾ ਸਕਦਾ ਆਪਣੇ ਵਿਨਚੈਂਟੋ ਦੇ ਲੋਕਾਂ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਜੀ ਖਬਰਾਂ ਜੋ ਸਾਡੀਆਂ ਅੱਜ ਸ਼ਾਮ ਨੂੰ ਆਣਗੀਆਂ ਪਰ ਉਹਨਾਂ ਤੋਂ ਪਹਿਲਾਂ ਇੱਕ ਜੋ ਐਸੀ ਖਬਰ ਹੈ ਜਿਹਦੇ ਬਾਰੇ ਤੁਹਾਨੂੰ ਦੱਸਣਾ ਚਾਹਣੇ ਪਤਾ ਨਹੀਂ ਕਿਦਾਂ ਬੰਦਿਆਂ ਦੇ ਮਨ 'ਚ ਹਿਆ ਪੈ ਜਾਂਦਾ ਕਿਦਾਂ ਤਾਗਰ ਆਂਦੀਆ ਬੰਦੇ ਚ ਇਦਾਂ ਦੇ ਕੰਮ ਕਰਨ ਲਈ ਜਿਹੜੀ ਇਹ ਖਬਰ ਤੁਹਾਨੂੰ ਦੱਸਣ ਜਾ ਰਹੇ ਆ ਪਲੈਰਮੋ ਦੇ ਵਿੱਚ ਇੱਕ ਬੱਚੀ ਪੈਦਾ ਹੋਈ ਆ ਜੀ ਜੋ ਕਿ ਕੋਵਿਡ ਪੋਜ਼ੀਟਿਵ ਸੀ ਜਿਹੜੀ ਕੋਵਿਡ 19 ਪੋਜ਼ੀਟਿਵ ਕਹਿੰਦਾ ਮਤਲਬ ਕਿ ਉਹ ਪੋਜ਼ੀਟਿਵ ਆਈ ਆ ਉਹਦੀ ਮਾਂ ਨੇ ਉਹਨੂੰ ਉਹਦੀ ਜਿਹੜੀ ਮੰਮੀ ਆ ਸਤਕਾਰਯੋਗ ਉਹਨੇ ਉਹਨੂੰ ਆਪਣੀ ਕੁੜੀ ਨੂੰ ਹਸਪੀਟਲ ਦੇ ਵਿੱਚ ਛੱਡ ਦਿੱਤਾ ਜੀ ਪਲੈਰਮੋ ਦੀ ਇਹ ਖਬਰ ਆ ਬਾਕੀ ਜਿਹੜੀ ਇਹ ਫੁੱਲ ਡਿਟੇਲ ਅਸੀਂ ਸ਼ਾਮ ਦੀਆਂ ਖਬਰਾਂ ਦੇ ਵਿੱਚ ਦਵਾਂਗੇ ਦੇਖਾਂਗੇ ਸ਼ਾਇਦ ਲਾਈਵ ਹੀ ਆਈਏ ਪੱਕਾ ਫਿਲਹਾਲ ਨਹੀਂ ਪਤਾ ਤੇ ਇਸ ਹੀ ਸਾਡਾ ਅੱਜ ਦਾ ਅਪਡੇਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਅਪਡੇਟ ਵੀ ਵਧੀਆ ਲੱਗੂਗਾ ਲੱਗਿਆ ਹੋਏਗਾ ਜੀ ਵੇਨੇ ਤੋਂ ਵੇਰੋਨਾ ਵਿਜੇਂza ਵੇਨੇਸੀਆ ਇਹਨਾਂ ਦਾ ਕੀ ਸਾਬਤਾ ਵੋ ਫਿਲਹਾਲ ਵੇਰੋਨਾ ਵਿਜੇਂza ਵੇਨੇਸੀਆ ਇਹ ਜਿਹੜੇ ਏਰੀਆ ਨੇ ਵੇਨੇਟੋ ਦੇ ਏਰੀਏ ਨੇ ਇਹਨਾਂ ਨੂੰ ਫਿਲਹਾਲ ਕਿਸੇ ਵੀ ਪਾਸੇ ਨਹੀਂ ਰੱਖਿਆ ਗਿਆ ਇਹ ਇਹ ਜਿਹੜੇ ਬੰਦੇ ਆ ਥੋੜਾ ਜਿਹਾ ਹੁਣ ਆਪਣਾ ਆਰਾਮ ਨਾ ਰਹਿ ਸਕਦੇ ਕਿਉਂਕਿ ਇਹਨਾਂ ਦੇ ਲਈ ਲਾਕਡਾਊਨ ਦੀ ਸਥਿਤੀ ਹਜੇ ਫਿਲਹਾਲ ਨਹੀਂ ਬਣੀ ਜੀ ਤੇ ਚਲੋ ਚੰਗਾ ਦੀ ਸੱਸੀ ਗੱਲਸਾਲਿਆਂ ਨੂੰ ਬਹੁਤ ਸਾਰੀਆਂ ਖਬਰਾਂ ਨੇ ਸ਼ਾਇਦ ਪੂਰੀਆਂ ਅੱਜ ਸ਼ਾਮ ਨੂੰ ਖਬਰਾਂ ਨਾ ਦਿੱਤੀਆਂ ਜਣ ਇਸ ਕਰਕੇ ਪਹਿਲਾਂ ਹੀ ਅਪਡੇਟ ਬਹੁਤ ਤਕੜਾ ਤੁਹਾਨੂੰ ਦੇ ਦਿੱਤਾ ਜੀ ਫਿਰ ਨਾ ਕਿਓ ਸਾਵਧਾਨ ਨਹੀਂ ਕੀਤਾ ਕੱਲ ਰਾਤ ਨੂੰ 11 ਵਜੇ ਤੋਂ ਬਾਅਦ ਖਿਆਲ ਰੱਖਿਓ ਘਰੋਂ ਬਾਹਰ ਨਿਕਣ ਦੇ ਲਈ ਸਪੈਸ਼ਲੀ ਮੈਸੇਜ ਉਹਨਾਂ ਦੇ ਲਈ ਜੋ ਰਾਤ ਨੂੰ ਅ ਗੇੜੀਆਂ ਰਿਸਕ ਵਾਲੀਆਂ ਲਾਂਦੇ ਨੇ ਤੁਸੀਂ ਸਾਰੇ ਸ਼ਾਇਦ ਸਮਝ ਗਏ ਹੋਵੋਗੇ ਅਸੀਂ ਕਿਨਾਂ ਦੀ ਗੱਲ ਕਰ ਰਹੇ ਹਾਂ ਚੰਗਾ ਦੀ ਸਤਿ ਸ੍ਰੀ ਅਕਾਲ ਸਾਰੇ ਨੂੰ ਤੁਸੀਂ ਸੁਣਿਆ ਹੀ ਕੁਲਵਿੰਦਰ ਸਿੰਘ ਦੇ ਨਾਲ ਇਹ ਡਾਰਲਿੰਗ ਖਬਰ ਪੰਜਾਬੀ ਦੇ ਵਿੱਚ ਮਿਲਦੇ ਆ ਨੈਕਸਟ ਅਪਡੇਟ ਦੇ ਵਿੱਚ ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ